ਸਲਾਮੁਅਲੈਕੁਮ ਮਾਰਕਾ, ਮੈਂ ਤੁਹਾਡਾ ਸਹਿਕੀ ਵੀਰਾ ਗੁਲਾਮ ਸਜਾਦ। ਲੈਲਾ ਗੱਲ ਇਹ ਆਦਨ ਲੁੱਟੋ ਅਤੇ ਫੁੱਟੋ। ਹੁਣ ਤੁਹਾਡਾ ਨਵਾਜ਼ ਸ਼ਰੀਫ ਜਨਾਬ ਮੱਡਿਆਂ ਬੱਧ ਅਤੇ ਟੁਰਿਆ ਬੰਦੇ ਵੇ ਲੰਦਨ ਹੁਣ ਤੱਕ ਬੈਠੇ ਰਹਿ ਗਏ ਨਾ। ਹਾਲਾਤ ਠੀਕ ਹੈ ਜੀ, ਖਾਧਾ ਪੀਤੇ ਨੇ ਅਤੇ ਹੁਣ ਸੁਣਾ ਤੁਸੀਂ ਤਬੀਅਤ ਖਰਾਬ ਸੀ ਗਏ। ਓਏ ਬੇਵਕੂਫੋ, ਕੋਈ ਥੀ ਹਸਪਤਾਲ 'ਚ ਬਣਾ ਹੋਆ ਜਿਹੜਾ ਤੁਹਾਡਾ ਬੰਦੋਬਸਤ ਥੀ ਮੰਨਿਆ ਇੱਥੇ ਇਲਾਜ ਦਾ, ਜਿਹੜਾ ਟੁਰੇ ਉੱਥੇ ਹੀ ਮੈਂ ਦੇ। ਹੁਣ ਮਰੀਅਮ ਨਵਾਜ਼ ਦਾ ਬਿਆਨ ਹੈ ਪਰਸੋਂ, ਅਖੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਮਰੀਜ਼ ਹਨ ਉਹ ਖੈਬਰ ਪਖਤੂਨਖਵਾ ਦੇ ਹਨ। ਅਤੇ ਇੱਕ ਬੰਦਾ ਬੜਾ ਦਿਲਚਸਪ ਜਵਾਬ ਦਿੱਤੇ, ਅਖੇ ਲੰਡਨ ਦੇ ਵਿੱਚ ਜਿਤਨੇ ਮਰੀਜ਼ ਹਨ ਨਾ ਉਹ ਸਾਰੇ ਪੰਜਾਬ ਦੇ ਹਨ। ਵਾਹ ਸਦਕੇ, ਬੀਬੀ ਤੂੰ ਤਿਆਰੀ ਕਰ, ਜ਼ਰਾ ਤਿਆਰੀ ਕਰ, ਬੋਛਣਾ ਪਾ ਚਾ ਸਿਰ ਤੇ ਅਤੇ ਗੰਢੜੀ ਆਪਣੀ ਚਾਹ ਚਾਹ ਤੇ ਵਾਲਾ ਜਾਤੀ ਉਮਰਾ ਵਾਲਾ। ਉਹ ਬੜੇ ਲੋਕ ਉਣਾਦੇ ਪੈਣ ਸੀ 30 ਅਕਤੂਬਰ ਤੱਕ ਹੈ ਉਹ ਉਹਨਾਂ ਪਾਸ ਬੱਪੀ ਤਾਂ ਕੱਲ੍ਹ ਬੜੇ ਉਹਨਾਂ ਆਖੇ ਰੂਹ ਨਾਲ ਆ ਕੇ ਉਹ ਕਿਹਾ ਮਰੀਅਮ ਨਵਾਜ਼ ਦੀ ਛੁੱਟੀ 30 ਅਕਤੂਬਰ ਤੋਂ ਬਾਅਦ ਮਰੀਅਮ ਨਵਾਜ਼ ਦੀ ਹਕੂਮਤ ਨਹੀਂ ਨਜ਼ਰ ਆਉਂਦੀ। ਕਿਵੇਂ ਨਹੀਂ ਨਜ਼ਰ ਆਉਂਦੀ? ਜ਼ਾਹਿਰ ਹੈ ਚੀਫ ਜਸਟਿਸ ਵੈਸੀ, ਦੂਜਾ ਆਸੀ ਅਤੇ ਆਪਣਾ ਕੰਮ ਸਿੱਧਾ, ਸਿਰਫ 4 ਹਲਕੇ ਖੁੱਲਣ, ਉਹ ਖੁੱਲਸਣ ਅਤੇ ਮਾਰਕਾ ਜੋ ਜਿਹਾ ਕਹਿੰਦਾ ਮੱਡੀ ਟਰ ਤੇ ਵਿਚਲਾ ਘਰ, ਇਹ ਵੀ ਜਿਹੜੀ ਹਕੂਮਤ ਇਹਨੇ ਕਰਨੀ ਹੈ ਇਹ ਕਰ ਕੀਤੀ ਨੇ। ਬੜੇ ਜਨਾਬ ਐਜ਼ਾਜ਼ ਇਨਾਮ ਇਕਰਾਮ ਸਾਰੇ ਨਵਾਜ਼ ਕੀਤੇ ਨੇ ਤੇ ਵਲਾ ਬਿਸਮਿਲ੍ਲਾ ਪੜ੍ਹ ਗਾਰਾ ਕਰਦੇ ਨਾਲ। ਖਬਰ ਹੁਣ ਇਹ ਵੀ ਆਉਂਦੀ ਪਈ ਇਹ ਜੋ ਨਵਾਜ਼ ਸ਼ਰੀਫ ਦੇ ਨਾਲ ਮਰੀਅਮ ਨਵਾਜ਼ ਵੀ ਵੰਜਣੀ ਹੈ, ਯਾਨੀ ਕਿ ਹਾਲਾਤ ਇਹਦੇ ਵੀ ਖਰਾਬ ਹਨ। ਉਹ ਤੋਂ ਬਾਅਦ ਪੈਗਾਮ ਆਉਂਦਾ ਪਿਆ ਜਿਹੜਾ ਐਨੀ ਤਰਮੀਮ ਇਹਨਾਂ ਨੇ ਕਰਨੇ ਆ ਨਾ ਕਿ ਅਸੀਂ ਉਹ ਜੱਜਾਂ ਕੋ ਹਟਾਓ, ਵੱਡਾ ਜੱਜ ਕਿਹੜਾ ਲਾਉਣੇ, ਨਿੱਕਾ ਜੱਜ ਕਿਹੜਾ ਲਾਉਣੇ, ਕਿਹੜੇ ਜੱਜ ਕੋ ਚਾਹ ਤੇ ਕਿੱਥਾਂ ਸੱਟਣੇ ਤੇ ਬਹਿ ਕੋ ਚਾਹ ਤੇ ਕਿੱਥਾਂ ਬਿਲਾਉਣੇ। ਮਤਲਬ ਜਿਹੜਾ ਬੈਂਚ ਬਣਦੇ ਉਹ 2-4 ਬੈਂਚ, ਕਾਠੀ ਵਾਲਾ ਨਹੀਂ ਬਣਦਾ, ਲੱਕੜੀ ਵਾਲਾ ਬੈਂਚ ਦੀ ਗੱਲ ਨਹੀਂ ਸੀ ਬਈ। ਇਹ ਕੇਸਾਂ ਦੇ ਫੈਸਲੇ ਹੋਣ ਤੇ 2-3-4-5-6-8 ਜੱਜ ਜਿਹੜੇ ਬਿਲੈਨ ਸਾਹਮਣੇ ਪੰਚਾਇਤੀ ਵੀ ਫੈਸਲਾ ਕਰੋ, ਉਹ ਕੋ ਬੈਂਚ ਆ ਦੇਣ। ਹੁਣ ਉਹ ਜਿਹੜਾ ਬੈਂਚ ਮਾਰ ਕੇ ਬਣਾਉਣੇ ਉਹਦੇ ਵਾਸਤੇ ਆਦਨ ਸਾਡੀ ਮਰਜ਼ੀ ਦੇ ਜੱਜ ਹੋਣ, ਸਾਡਾ ਕੇਸ ਸਾਡੀ ਮਰਜ਼ੀ ਹੈ। ਮਤਲਬ ਮੇਰਾ ਜਿਹੜਾ ਪਹਿਲਾਂ ਹੀ ਮੇਰਾ ਜਿਸਮ ਮੇਰੀ ਮਰਜ਼ੀ, ਹੁਣ ਮੇਰਾ ਕੇਸ ਮੇਰੀ ਮਰਜ਼ੀ, ਮੇਰੀ ਮਰਜ਼ੀ ਦਾ ਜੱਜ ਹੋਵੇ। ਇਹ ਤਾਂ ਕੋਈ ਗੱਲ ਨਾ ਥਈ ਨਾ ਕਿ ਤੁਹਾਡੇ ਹੱਕ ਫੈਸਲਾ ਆਵੇ ਤਾਂ ਬੱਲੇ ਬੱਲੇ ਉਹ ਕਿਹਾ ਦੀ ਬੀਬੀ ਮਰੀਅਮ ਔਰੰਗਜ਼ੇਬ ਮੁਬਾਰਕਾਂ ਮੁਬਾਰਕਾਂ ਹੈ ਤੇ ਹੁਣ ਮੁਬਾਰਕਾਂ ਮੁਬਾਰਕਾਂ ਨਹੀਂ ਥੀਆਂ ਮਰੀਅਮ ਔਰੰਗਜ਼ੇਬ ਬੀਬੀ। ਹੁਣ ਤੁਹਾਡੇ ਇਹ ਫੈਸਲੇ ਆਉਣ ਕਿ ਉਹ ਜਨਾਬ ਕਿਹਾ ਤੁਹਾਡੇ ਇਰਫਾਨ ਸਦੀਕੀ ਸਾਹਿਬ ਬੈਤ ਆਦਨ ਪਾਰਲੀਮੈਂਟ ਨੇ ਕਿ ਸੁਪਰੀਮ ਕੋਰਟ ਨੂੰ ਬਣਾਇਆ, ਸੁਪਰੀਮ ਕੋਰਟ ਪਾਰਲੀਮੈਂਟ ਨਹੀਂ ਬਣਾਇਆ। ਚਾਚਾ ਤੂੰ ਸਹੀ ਹੈਗਾ ਪੈ, ਚਾਚਾ ਤੂੰ ਬਿਲਕੁਲ ਠੀਕ ਹੈਗਾ ਪੈ, ਤੇਰੀ ਗੱਲ ਸਹੀ ਹੈ। ਲੇਕਿਨ ਕੱਲ੍ਹ ਵੀ ਤਾਂ ਇਹੀ ਅਦਾਲਤਾਂ ਹਨ, ਇਹ ਜਿਹੜਾ ਸਾਫ ਪਾਣੀ ਕੇਸ ਚ ਬਰੀ, ਉਹ ਆਸ਼ਿਆਨ ਹਾਊਸਿੰਗ ਸਕੀਮ ਚ ਬਰੀ, ਸ਼ੂਗਰ ਮਿਲ ਤੋਂ ਬਰੀ, ਫਲਾਣੇ ਰੈਫਰੈਂਸ ਤੋਂ ਬਰੀ, ਇਹਤਸਾਬ ਰੈਫਰੈਂਸ, ਸਾਰੇ ਕੇਸ ਤੁਸਾਂ 50-60 ਕੇਸ ਆਪਣਾ ਅਹਮਦਾ ਸ਼ਬਾਜ਼, ਨਵਾਜ਼ ਸ਼ਰੀਫ, ਸ਼ਬਾਜ਼ ਸ਼ਰੀਫ, ਮਰੀਅਮ ਬੀਬੀ, ਖਾਜਾ ਸਾਹਿਬ, ਸਾਰੇ ਕੁਝ ਤੁਸਾਂ ਛੋੜੇ ਮੁਕੰਮਲ ਰਿਹਾ। ਐਸਨ ਇਕਬਾਲ ਦਾ ਉਹ ਜਿਹੜਾ ਆਈ ਨਾਰੋਵਾਲ ਵਾਲਾ ਕੰਪਲੈਕਸ, ਸਪੋਰਟਸ ਕੰਪਲੈਕਸ ਦਾ ਕੇਸ, ਜ਼ਿੰਦਾਬਾਦ, ਬੱਲੇ ਬੱਲੇ, ਸ਼ਾਬਾਸ਼ ਆਈ। ਤੇ ਹੁਣ ਹੁਣ ਆਖੇ 8 ਜੱਜ ਕੇ ਫੈਸਲਾ ਕੱਢਦੇ ਤਾਂ ਸਮਾਨ ਕਿਨੂੰ ਨਿੰਬੀ ਆ, ਕੌਣ ਮੰਨੇ ਸੀ? ਇਹ ਤੁਹਾਡਾ ਪਿਓ ਹੀ ਮੰਨੇ ਸੀ, ਇਹ ਕੰਟੈਂਪਟ ਆਫ ਕੋਰਟ ਹੈ। ਇਹ ਗੱਲ ਆਖੇ ਹੁਣ ਵਜ਼ੀਰ ਆਜ਼ਮ ਦੀ ਛੁੱਟੀ ਨਹੀਂ ਦੇ ਸਕਦੀ, ਕਿਉਂ ਕਿਉਂ ਛੁੱਟੀ ਨਹੀਂ ਦੇ ਸਕਦੀ ਬਈ? ਤੁਸਾਂ ਉੱਤੇ ਲੱਥੇ ਵੇ ਬੈ ਸਾਰੇ ਹਨ, ਉਹਨਾਂ ਕੋਲ ਘਰ ਭੇਜੋ ਤਾਰਾ ਦੇ ਲਾ ਕੇ ਤੇ ਤੁਸਾਂ ਨਹੀਂ ਬਣ ਸਕਦੇ ਨਾ, ਤੁਸਾਂ ਇਹ ਕੁਰਸੀ ਨਾਲ ਗਿਣਤੇ ਆਵੇ, ਘਰੋਂ ਗਿਣਤੇ ਆਵੇ, ਹੁਣ ਸਭ ਪੱਕਾ ਬਾਹਣੇ ਇਹ ਨਹੀਂ ਸੀਵਣਾ। ਉਹ ਜੀ ਵਰਾਨਾ ਸੁਣਾ ਲਗਾ ਪਿਆ, ਆਇਨ ਦੇ ਮੁਤਾਬਿਕ ਫੈਸਲਾ ਹੋ ਸੀ ਤਾਂ ਮੰਨੇ ਸੀ, ਆਇਨ ਦੇ ਮੁਤਾਬਿਕ ਕਹਿਣਾ ਸੀ ਤਾਂ ਨਾ ਮੰਨੇ ਸੀ। ਵਾਹ ਵਰਾ ਸੱਠੀ ਦਾ ਰਾਜਾ ਤੂੰ, ਇਹ 4 ਵਰਾ ਪਹਿਲੇ ਦੀ ਗੱਲ ਹੈ, ਜੇਲ੍ਹ ਦੇ ਸਲੰਗ ਵਿੱਚ ਖੜਾ ਇਵੇਂ ਖੜਾ ਵੇ, ਕਾਟਨ ਦਾ ਸੂਟ ਪਾ ਤੇ ਗ੍ਰੇ ਰੰਗ ਦਾ, ਇਹ ਮੇਗਵਾਲ ਹੀ ਯਾਦ ਹੈ। ਇਹ ਵਲਾ ਦੁਬਾਰਾ ਮੰਨਣ ਤੇ ਵੀ ਕੋਈ ਟਾਈਮ ਕਹਿ ਨਹੀਂ ਲੱਗਣਾ,
ਇਹ ਵਲਦੇ ਡਲਦੇ ਪਛਾਵੇ ਨੇ। ਅੱਜ ਤੁਸੀਂ ਇਕਤਦਾਰ ਸੀ, ਕੱਲ ਬਲਾ ਖਾਨ ਆਇਆ ਬੈਠਾ ਸੀ, ਤੁਸੀਂ ਕਿਆ ਸਮਝਦੇ ਵੀ ਖਾਨ ਕੋ ਬਈ ਖਾਨ ਬੈਠਾ ਰਹਾ ਸੀ? ਤੁਸਾਂ ਹੁਣ ਤੁਹਾਡੇ ਜਿੰਮੇ ਖਾਤਾ ਤੁਸਾਂ ਚਾਗ ਦੇ ਬੇੜੀ, ਤੇ ਤੁਸੀਂ ਇਹ ਤਿਆਰੀ ਕਰੋ ਲੈਣੇ ਪੈਂਦੇ ਪਏ। ਇਹ ਪਹਿਲਾਂ ਤਾਂ ਇੰਨੀ ਤਰਮੀਮ ਤੁਹਾਡੀ ਕੀ ਚੀਜ਼ ਪੈ ਬਣਨੀ? ਆਖੇ ਉਹ ਚੀਫ ਜਸਟਿਸ ਕੋ ਐਕਸਟੈਂਸ਼ਨ ਲੈਂਦੇ ਪਏ ਕਾਜ਼ੀ ਫੈਜ਼, ਕਾਜ਼ੀ ਫੈਜ਼ ਦੀ ਇੱਜ਼ਤ ਬਿਠੀ ਨੇ ਕੱਲ ਜਿਹੜੀ ਥਈ ਹੈ। ਇਹ ਅਵਾਮੀ ਗੁੱਸਾ ਕਿਉਂ ਹੈ? ਰੱਦਿਆਂ ਮਾਲ ਉਹ ਕਹਿੰਦੇ ਨਕਾਰਾ ਹੈ ਖਲਕੋ, ਨਕਾਰਾ ਹੈ ਖੁਦਾ ਸਮਝੋ। ਉਹ ਅਵਾਮ ਦੀ ਆਵਾਜ਼ ਹੈ, ਇਹ ਰੱਬ ਦਾ ਕੁਦਰਤ ਦਾ ਉਹ ਹੈ ਪਿਆ, ਕੋਈ ਤੋਬਾ ਤਾਬ ਥੀ ਵੋ, ਕੋਈ ਪਿੱਛਾ ਹਟੋ। ਓਏ ਹੁਣ ਤੁਸੀਂ ਕਿਸੇ ਗਿਨਰ ਜੋ ਕੇ ਕਹਿਣਗੇ ਐਸਾ ਇਕਬਾਲ ਨਾਲ ਕੱਲ ਕਿਆ ਥੀਂਦਾ ਰਹਿ ਗਿਆ? ਬਰਗਰ ਖਾਵਣ ਗਏ ਨਵਾਮ ਉੱਥੇ ਉੱਠੀ ਖੜੀ ਥਈ ਹੈ, ਚੋਰ ਚੋਰ ਦੇ ਨਾਰੇ ਹਨ, ਬੀਆ ਤੇ ਬੀਆ ਤਾਂ ਉਹ ਕਾਬੇ ਚ ਵੀ ਨਹੀਂ ਛੋੜਿਆ ਉੱਥੇ ਵੀ। ਬਿਲਕੁਲ ਇਹ ਗਲਤ ਗੱਲ ਹੈ, ਕਰਨਾ ਨਹੀਂ ਚਾਹੀਦਾ। ਇਸ ਕਿਸਮ ਦਾ ਆਵਾਮ ਕੋ ਵੀ ਤਹਮੁਲ ਦਾ ਮੁਜ਼ਾਹਰਾ ਕਰਨਾ ਚਾਹੀਦਾ। ਖਾਨ ਸਾਹਿਬ ਤੋਂ ਸ਼ਊਰ ਦਿੱਤੇ, ਲੇਕਿਨ ਸ਼ਊਰ ਅੱਛੇ ਪਾਸੇ ਬਣਨਾ ਚਾਹੀਦਾ। ਇਹ ਵੀ ਮੈਂ ਥੋੜ੍ਹਾ ਅਕਸਾਂ ਕਿ ਇਸ ਕਿਸਮ ਦੀ ਇੱਜ਼ਤ ਬਿਸਤੀ ਨਹੀਂ ਕਰਨੀ ਚਾਹੀਦੀ। ਲੇਕਿਨ ਅਗਰ ਕੋਈ ਦੂਜੀ ਤਰਫ ਦੇਖੋ ਨਾ, ਇੱਕ ਅਵਾਮੀ ਰੱਦੇ ਅਮਲ ਦਾ, ਇਹ ਅਵਾਮ ਦੇ ਅੰਦਰ ਤੁਹਾਡਾ ਗਲਤ ਪੋਰਟਰੇਟ ਕਿਉਂ ਆਉਂਦਾ ਪਿਆ? ਗਲਤ ਤੁਹਾਡੇ ਤਸੱਵਰ ਕਿਉਂ ਆਵਾਮ ਸਮਝਦੀ ਪਈ ਤੁਸੀਂ ਗਲਤ ਹੀ ਵੇ? ਆਪਣੀ ਇੱਜ਼ਤ ਵਕਾਰ ਤਾਂ ਤੁਸੀਂ ਆਪ ਬਣਾਉਣੇ, ਤੁਹਾਡੇ ਫੈਸਲੇ ਬਣਾਉਣੇ। ਮਗਨ ਇਹ ਜੁਡੀਸ਼ੀਅਲ ਰੈਫਰੈਂਸ ਜਿਹੜਾ ਮੈਂ ਰੋਜ਼ ਰੋਜ਼ ਆਇਆ ਬੈਠਾ, ਤਬਦੀਲੀ ਕਰ ਦਿੱਤੇ ਨੇ ਉਹ ਮੁਨੀਬ ਅਖਤਰ ਉਹਦੇ ਚ ਕੱਢ ਦਿੱਤੇ ਨੇ ਕਮੇਟੀ ਦੇ ਵਿੱਚੋਂ, ਚੀਫ ਜਸਟਿਸ ਕਾਜ਼ੀ ਫੈਜ਼ ਨੇ ਕੱਢੇ। ਕਿਉਂ ਕੱਢੇ? ਇੱਥੇ ਤਾਂ ਕਾਜ਼ੀ ਫੈਜ਼ ਸਭ ਰੁਕ ਬਣਨਾ ਚਾਹੀਦਾ ਹੀ। ਇਹ 2019 ਦੀ ਗੱਲ ਹੈ, ਜ਼ਿਆਦਾ ਦੂਰ ਦੀ ਗੱਲ ਤਾਂ ਨਹੀਂ ਕਿ ਇਹਨੇ ਕਾਜ਼ੀ ਫੈਜ਼ ਸਰ ਨੇ ਬਿਆਨ ਦਿੱਤੇ ਅੱਗੇ ਪਾਰਲੀਮੈਂਟ ਕੋ ਤਾਲੇ ਆ ਦਿਓ ਅਗਰ ਆਰਡੀਨੈਂਸ ਦੇ ਜ਼ਰੀਏ ਸਾਰਾ ਕੁਝ ਕਰਨੇ, ਤੇ ਹੁਣ ਉਹੀ ਆਰਡੀਨੈਂਸ ਦੇ ਜ਼ਰੀਏ ਸਰਕੂਲਰ ਦੇ ਜ਼ਰੀਏ ਮਨਜ਼ੂਰੀ ਕੀਤੀ ਗਈ ਹੈ ਸੁਪਰੀਮ ਜੁਡੀਸ਼ੀਅਲ ਉਹਦਾ ਪ੍ਰੈਕਟਿਸ ਐਂਡ ਪ੍ਰੋਸੀਜਰ ਬਿੱਲ ਦੀ, ਤੇ ਉਹਦੇ ਤਹਿਤ ਕਾਜ਼ੀ ਫੈਜ਼ ਸਾਹਿਬ ਫੌਰਨ ਜਨਾਬ ਕਲਮ ਪੈਨਸਲ ਚਾ ਕੇ ਤਿਆਰ ਥੀ ਗਏ। ਇਹ ਤਾਂ ਥੋੜਾ ਕਾਜ਼ੀ ਫੈਜ਼ ਸਾਹਿਬ ਕੋਈ ਜ਼ਰੂਰਤਮੰਦੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੀ। 8 ਜੱਜਾਂ ਦਾ ਫੈਸਲਾ ਹੈ ਮਖਸੂਸ ਨਿਸ਼ਿਸ਼ਤਾਂ ਦੇ ਉੱਤੇ, 5 ਇੱਕ ਸਾਈਡ ਤੇ ਖੜੇ ਤੇ 2 ਦਾ ਇਖਤਲਾਫੀ ਨੋਟ ਹੈ, ਤੇ ਉਹਦੇ ਉੱਤੇ ਅਗਰ ਅਮਲ ਦਰਾਮਾ ਨਹੀਂ ਜਿੰਦਾ ਪੀਤੇ ਵਾਲ, ਮੈਂ ਕਿਹਾ ਆਖਾਂ ਕਿ ਸੁਪਰੀਮ ਕੋਰਟ ਕੋ ਤਾਲੇ ਲਾ ਦਿਓ। ਅਗਰ 8 ਜੱਜਾਂ ਦਾ ਸਜੇਤੀ ਫੈਸਲਾ ਆ ਗਿਆ, ਤੁਸੀਂ ਨਹੀਂ ਮੰਨਦੇ ਕਾਜ਼ੀ ਫੈਜ਼ ਸਾਹਿਬ ਵੀ ਅਗੇਂਸਟ ਫੈਸਲੇ ਦੇ, ਲੇਕਿਨ ਅਕਸਰੀਅਤੀ ਫੈਸਲਾ ਤਾਂ ਆ ਗਿਆ ਨਾ, ਉਦੋਂ ਤੇ ਇੰਪਲੀਮੈਂਟ ਕਿਆ ਕਰਾਵਣੇ? ਹੁਣ ਉਹੀ ਤਾਂ ਤੁਸੀਂ ਮਿੰਟੇ ਖੜ ਕੇ ਕੰਟੈਂਪਟ ਆਫ ਕੋਰਟ ਲਾ ਦੇਂਦੇ ਆਵੇ ਤੁਸੀਂ, ਜ਼ਰਾ ਜੀ ਗੱਲ ਤੇ ਹੁਣ ਤੁਹਾਡੇ ਫੈਸਲੇ ਤੇ ਅਮਲ ਦਰਾਮਾ ਨਹੀਂ ਜਾ ਪਿਆ, ਮਖਸੂਸ ਨਿਸ਼ਚਿਤ ਤੇ ਇਲੈਕਸ਼ਨ ਕਮਿਸ਼ਨ ਨਹੀਂ ਕਰਨਾ ਪਿਆ, ਪਾਰਲੀਮੈਂਟ ਨਹੀਂ ਕਰਨਾ ਪਿਆ, ਤੁਸੀਂ ਖੜੇ ਹੋਏ ਤੇ ਕਿਆ ਹੈ? ਪੂਰਾ ਗੱਠ ਜੋੜੇ ਸਿੱਧਾ ਸਿੱਧਾ ਐਨੀ ਅਦਾਲਤ ਗਿਣ ਕੇ ਆਵਣੇ, ਮਿਲਟਰੀ ਕੋਰਟ ਬਣ ਕੇ ਕੇਸ ਚਲਾਉਣੇ, ਤੇ ਇਮਰਾਨ ਖਾਨ ਨੂੰ ਜਾਲੇ ਰੱਖਣੇ, ਆਪ ਅਸਾਂ ਲੰਡਨ ਟੁਰ ਬਣਨੇ ਬਛੜਾ 30 ਅਕਤੂਬਰ ਤਾਂ ਆਉਣ ਬਸ ਬੱਪੀ ਆ ਕੇ। ਮੈਂ ਤੁਹਾਨੂੰ ਦੱਸ ਦੇਵਾਂ, ਅਗਰ ਐਨੀ ਤਰਾਮੀਮ ਤੁਸੀਂ ਪਾ ਲਈ ਜਿਹਨਾਂ ਲੋਕਾਂ ਦੇ ਤੁਹਾਡੇ ਹਿਦਾਇਤ ਹਨ, ਤੇ ਤੁਸੀਂ ਆਪਣੀ ਪੱਕੀ ਤਿਆਰੀ ਕਰੋ, ਤਾਂ ਕੋਈ ਛੂਟ ਕੋ ਨਹੀਂ, ਤੁਸੀਂ ਵੰਝਣੇ ਵੇ ਖਾਨ ਵਲਾ ਆਉਣੇ ਇਕਤਦਾਰ ਚ, ਵਲਾ ਜਿਹਨਾਂ ਉਹ ਆਸੀ ਤੇ ਵਲਾ ਤੋਂ ਨਾਲ ਉਹ ਕੰਮ ਸੀ ਜਿਹੜਾ ਪੈਰਾ ਤੇ ਬਲਕਿ ਛੱਤ ਲੱਗੀ ਰਿਹਾ ਸੀ ਖਾਨ। ਇਜਾਜ਼ ਦੇ ਵਲਾ, ਅੱਲਾ ਹਾਫਿਜ਼।